ਪਿੱਛੇ ਸਿਟਰਸੀਲੇ ਵਾਸਤੇ ਜਦੋਂ ਬਾਗਾਂ 'ਚ ਹੱਲਾ ਬਹੁਤ ਜ਼ਿਆਦਾ ਹੈ ਸਪਰੇਅ ਕੀਤੀ ਹੈ, ਅਤੇ ਮੇਰੀ ਇੱਕ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਵੀ ਆਪਾਂ ਸਪਰੇਅ ਕਰਨੀ ਉਹਦੇ 'ਚ ਕੋਈ ਵੀ ਚੰਗੀ ਕੰਪਨੀ ਦਾ ਸਿਲੀਕੋਨ ਬੇਸਡ ਆਪਣਾ ਸਟਿੱਕਰ ਜ਼ਰੂਰ ਪਾਓ ਕਿਸੇ ਵੀ ਕੰਪਨੀ ਦਾ, ਕਿਉਂਕਿ ਜਿਹੜੀ ਸਟਿੱਕਰ ਨਾਲ ਜਿਹੜੀ ਦਵਾਈ ਦੀ ਜਿਹੜੀ ਤਾਕਤ ਹੈ ਲਗਭਗ 2 ਗੁਣਾ ਵੱਧ ਜਾਂਦੀ ਹੈ, ਕਈ ਗੁਣਾ ਵੱਧ ਜਾਂਦੀ ਹੈ, ਕਿਉਂਕਿ ਬੈਸਟ ਇਹੀ ਰਹਿੰਦਾ ਕਿ ਸਟਿੱਕਰ ਪਾਉਣ ਨਾਲ ਕੀ ਹੈ ਕਿ ਦਵਾਈ ਬਿਲਕੁਲ ਛੇਤੀ ਜਜ਼ਬ ਹੋ ਜਾਂਦੀ ਹੈ, ਅਤੇ ਜਿਸ ਤਰ੍ਹਾਂ ਬੱਦਲਵਾਈ ਬਾਰਿਸ਼ ਦੀ ਸੰਭਾਵਨਾ ਬੈਠਦੀ ਹੈ ਤਾਂ ਸਟਿੱਕਰ ਆਪਣਾ ਪਾਉਣਾ ਬਹੁਤ ਜ਼ਰੂਰੀ ਹੈ। ਅਤੇ ਇਸ ਪੱਤੇ ਦੇ ਉੱਪਰ ਆਪਾਂ ਦੇਖਾਂਗੇ ਵੀ ਕਿਸ ਤਰ੍ਹਾਂ ਆਪਾਂ ਪਹਿਲੇ ਇੱਕ ਪਾਸੇ ਪਾਣੀ ਦੀ ਬੂੰਦ ਰੱਖੀ ਹੈ, ਦੂਸਰੇ ਪਾਸੇ ਦੀ ਵੀ ਪਾਣੀ ਦੀ ਬੂੰਦ ਰੱਖੀ ਹੈ। ਆਪਾਂ ਕਿਸੇ ਵੀ ਐਕਸ ਵਾਈ ਕੰਪਨੀ ਦਾ ਆਪਾਂ ਸਟਿੱਕਰ ਯੂਜ਼ ਕੀਤਾ ਹੈ ਤਾਂ ਇਹ ਸਟਿੱਕਰ ਢੱਕਣ 'ਚ ਪਾਇਆ ਹੈ, ਇਹ ਸਟਿੱਕਰ ਨੂੰ ਆਪਾਂ ਥੋੜ੍ਹਾ ਜਿਹਾ ਡੈਮੋਸਟ੍ਰੇਸ਼ਨ ਕਰਨ ਵਾਸਤੇ ਵੇਖੀਏ ਵੀ ਇਹ ਦੋਨੋਂ ਪਾਣੀ ਦੀਆਂ ਬੂੰਦਾਂ ਅੱਡ ਅੱਡ ਪਈਆਂ ਆਪਸ 'ਚ। ਜਦੋਂ ਆਪਾਂ ਸਟਿੱਕਰ ਦੀ ਵਰਤੋਂ ਕਰਦੇ ਹਾਂ ਤਾਂ ਇਹਨਾਂ 'ਚ ਕੋਈ ਮੂਵਮੈਂਟ ਹੁੰਦਾ ਕਿ ਨਹੀਂ ਹੁੰਦਾ ਆਪਾਂ ਚੈੱਕ ਕਰਦੇ ਹਾਂ ਆਪਾਂ ਇਹ ਕਿਸ ਤਰ੍ਹਾਂ ਸਟਿੱਕਰ ਫੈਲ ਗਿਆ ਆਪਸ 'ਚ। ਦੇਖੋ ਦੋਨੋਂ ਮਿਲ ਬਿਲਕੁਲ ਫਲਾਅ ਹੋ ਜਾਂਦਾ ਸਟਿੱਕਰ ਦੀ ਬੂੰਦਾਂ, ਅਤੇ ਆਪਸ 'ਚ ਜੇ ਥੋੜ੍ਹਾ ਜਿਹਾ ਸਟਿੱਕਰ ਟੱਚ ਕਰਨ ਵਾਲੇ ਵੀ ਦੇਖੋ ਕਿਸ ਤਰ੍ਹਾਂ।